ਪੰਜਾਬ ਵਿਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਨੇ ਕਿ ਇਹਨਾਂ ਵੱਲੋਂ ਆਮ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਕੇਜਰੀਵਾਲ ਦੇ ਰਿਸ਼ਤੇਦਾਰਾਂ ਦੇ ਘਰ ਚੋਰੀ ਹੋਈ ਤੇ ਹੁਣ ਸੀਐਮ ਮਾਨ ਦੇ ਰਿਸ਼ਤੇਦਾਰਾਂ ਦੇ ਘਰ ਚੋਰੀ ਹੋਈ। ਆਮ ਲੋਕ ਤਾਂ ਬਹੁਤ ਦੂਰ ਨੇ, ਉਹਨਾਂ ਵੱਲੋਂ ਸੀਐਮ ਮਾਨ ਦੇ ਰਿਸ਼ਤੇਦਾਰਾਂ ਦੇ ਘਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ 18 ਤੋਲੇ ਸੋਨਾ ਤੇ 1 ਲੱਖ ਨਕਦੀ ਲੈ ਕੇ ਫਰਾਰ ਹੋ ਗਏ। ਸੰਗਰੂਰ ਜ਼ਿਲ੍ਹੇ ਦੇ ਖੜਿਆਲ ਰੋਡ ਤੇ ਸੀਐਮ ਭਗਵੰਤ ਮਾਨ ਦੇ ਨਾਨਕੇ ਪਰਿਵਾਰ ਵਿਚ ਹੋਈ ਚੋਰੀ। ਜਾਣਕਾਰੀ ਮੁਤਾਬਿਕ ਪਤਾ ਲੱਗਾ ਕਿ ਪਰਿਵਾਰ ਸੋ ਰਿਹਾ ਸੀ। ਚੋਰਾਂ ਵੱਲੋਂ 12 ਤੋਂ 2 ਵਜੇ ਵਿਚਕਾਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਦੋਂ ਪਰਿਵਾਰ ਉੱਠਿਆ ਤਾਂ ਘਰ ਤਹਿਸ ਨਹਿਸ ਹੋ ਚੁੱਕਿਆ ਸੀ। ਸੀਸੀਟੀਵੀ ਕੈਮਰੇ ਫਰੋਲਣ ਤੇ ਪਤਾ ਲੱਗਾ ਕਿ 3 ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੂੰ ਸੂਚਨਾ ਦਿੱਤੀ ਗਈ, ਅੱਗੇ ਦੀ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਸ਼ੁਰੂ ਕਰਕੇ ਚੋਰਾਂ ਦੀ ਭਾਲ ਜਾਰੀ ਹੈ। ਬਈ ਜੀ, ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ, ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇਜ ਆ ਰਹੀ ਹੈਗੀ ਕਿ 15 ਤੋਲੇ 1 ਤੇ 3 ਤੋਲੇ 1 18 ਤੋਲੇ ਸੋਨੇ ਦੇ ਨੇ ਤੇ 1 ਲੱਖ ਰੁਪਈਆ ਨਕਦੀ ਕੈਸ਼ ਹੈ। ਸਾਨੂੰ ਕੋਈ ਪਤਾ ਨਹੀਂ ਲੱਗਿਆ, ਸਾਡੇ 2 ਕਮਰੇ ਜੁਆਇੰਟ ਨੇ, ਵਿਚਾਲੇ ਸਾਡਾ ਬਾਥਰੂਮ ਹੈਗਾ, ਨਾਲ ਸਾਡਾ ਸਟੋਰ ਹੈਗਾ। ਇੱਥੇ ਸਾਨੂੰ ਕੁਛ ਨਹੀਂ ਪਤਾ ਲੱਗਿਆ। ਸਾਨੂੰ 3:25 ਦੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰ ਚੋਰੀ ਹੋ ਗਈ। ਅਸੀਂ ਉਦੋਂ ਬਾਅਦ ਚੈੱਕ ਕੀਤਾ ਸਾਰਾ ਕੁਛ, ਸਾਰੇ ਗੇਟ ਗੂਟ ਸਾਡੇ ਖੁੱਲ੍ਹੇ ਹੋਏ ਸੀਗੇ। ਉਹ ਸਾਡੇ ਨਾਨਕੇ ਪਰਿਵਾਰ 'ਚ ਹੀ ਅਸੀਂ ਉਹਨਾਂ ਦੇ ਤੋਂ ਸਾਡੇ ਜਿਹੜੀ ਨਕਦੀ ਅਤੇ ਜਿਹੜੀ ਸਾਡੀ ਚੋਰੀ ਹੋਈ ਹੈ ਇਹਦਾ ਸਾਡਾ ਤਬਜੀਸ ਕਰਕੇ ਸਾਡਾ ਜਿਹੜਾ ਬਣਦਾ ਉਹ ਹੈਗਾ ਵਾਪਸ ਕੀਤਾ ਜਾਵੇ। ਸ਼ੱਕ ਅਸੀਂ ਕਿਸੇ 'ਤੇ ਨਾ ਹੀ ਕਿਸੇ ਦਾ ਅਸੀਂ ਨਾਂ ਲੈ ਸਕਦੇ ਹਾਂ। ਸ਼ੱਕ ਤਾਂ ਕਿਸੇ 'ਤੇ ਕਰ ਹੀ ਨਹੀਂ ਸਕਦੇ ਹੈਗੇ, ਕਿਸੇ ਦਾ ਨਾਂ ਲਈਏ ਕਿਸੇ ਦਾ ਨਹੀਂ। ਬਾਹਲੇ ਜ਼ਿਆਦਾ ਸੜਕਾਂ 'ਤੇ ਜਾਂ ਹੋਰ ਜਿੰਨੇ ਵੀ ਇਹ ਨਸ਼ੇੜੀਆਂ ਇਹਨਾਂ ਦਾ ਥੋੜ੍ਹਾ ਕਾਬੂ ਪਾ ਕੇ ਜਿਹੜੀ ਚੋਰੀ ਆ ਘਰ 'ਚ ਹੋ ਗਈ, ਜੋ ਹੀ ਨਹੀਂ ਪਤਾ ਲੱਗਿਆ ਜੀ ਇਹਦੀ ਸੀ ਕਰਕੇ ਜੋ ਵੀ ਕੁਛ ਇਹਨਾਂ ਆਪਣਾ ਦਵਾਇਆ ਜਾਵੇ। ਆਇਆ ਜੀ ਸਪੋਟ 'ਤੇ, ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਅਤੇ ਸੋਨੇ ਦਸ ਦਿਨ ਜਿਹੜਾ ਘਰ ਪਿਆ ਸੀ ਅਤੇ ਇੱਕ ਕੈਸ਼ ਦਸ ਦਿਨ ਅਤੇ ਮੌਕੇ 'ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰਾ ਚੀਜ਼ ਨੂੰ ਇਨਵੈਸਟੀਗੇਟ ਕਰ ਰਿਹਾ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਅਤੇ ਇਹਨੂੰ ਟਰੇਸ ਕਰਾਂਗੇ।